ਸ਼ਹਿਰ ਦੇ ਵਿੱਚ ਬਹੁਤ ਸਾਰੀ ਦੁਕਾਨਾਂ ਤਾਂ ਪਟਾਕੇ ਦੀ ਹੈਗੀਆਂ, ਪਰ ਜਿਹੜੀ ਮੇਨ ਦੁਕਾਨ ਆ ਨਾ ਜਿੱਥੇ ਸਭ ਤੋਂ ਜ਼ਿਆਦਾ ਸਸਤਾ ਸਮਾਨ ਮਿਲਦਾ ਹੈ, ਉੱਥੇ ਆਪਾਂ ਨੇ ਜਾਣਾ ਹੈ। ਵੀ ਗਾਇਸ ਫਾਈਨਲੀ ਆਪਣਾ ਸਮਾਨ ਕੱਢਣਾ ਸਟਾਰਟ ਹੋ ਗਿਆ ਭਾਈ। ਰਾਸਤੇ 'ਚ ਨਾ ਇੱਕ ਆਹ ਪਿੰਕੂ ਦੀ ਹੱਟੀ ਦੀ ਦੁਕਾਨ ਆਉਂਦੀ ਆ, ਇਹਨਾਂ ਨੇ ਵੀਡੀਓ 'ਚ ਤਾਂ ਦਿਖਾਇਆ ਹੋਇਆ ਵੀ ਬਹੁਤ ਸਸਤਾ ਮਾਲ ਆ, ਪਰ ਉਹ ਸਸਤਾ ਹੈ ਨਹੀਂ ਗਾਇਸ। ਇਹ ਹੈਗਾ ਬੈਡੀਵਲ ਦਾ, ਭਾਈ ਸਾਹਿਬ ਭਾਈ ਸਾਈਜ਼ ਚੈੱਕ ਕਰੋ ਯਾਰ, ਸਨਸ਼ਾਈਨ ਦਾ ਚਿੱਟਕੁੱਟ ਵਧੀਆ ਕੁਆਲਿਟੀ ਦਾ ਫਲਾਵਰ ਪੋਟ ਆ ਗਿਆ, ਠੀਕ ਹੈ ਜੀ। ਉਹਦਾ ਬਾਅਦ ਸਨਸ਼ਾਈਨ ਦਾ ਹੀ ਛੋਟਾ ਬੁਲਟ ਆ ਗਿਆ, ਤੇ ਸਨਸ਼ਾਈਨ ਦਾ ਹੀ ਵੱਡਾ ਪੈਕਟ ਆ ਗਿਆ ਬੁਲਟ ਆ। ਉਹ ਭਾਈ ਸਾਹਿਬ ਬਾਈ ਸਾਹਿਬ ਮੈਨੂੰ ਇਹਨਾਂ ਨੇ ਭਰੋਸਾ ਦਿਆ, ਕਹਿੰਦੇ ਜ਼ਿਆਦਾ ਚੱਲੂਗਾ ਨਾ ਇਹ, ਵੀ ਤਸੱਲੀ ਕਰਾਊਂਗਾ ਇਹ 15 ਸ਼ਾਟ ਇਹ ਵਾਲਾ, ਪਰ ਜੇ ਇਹ ਚੱਲੂਗਾ ਨਾ ਪੂਰੀ ਗੱਲ ਬਣਾਊਂਗਾ, ਬਜਟ 'ਚ ਹੈ ਗੱਲ ਬਣਾਊਂਗਾ ਪੂਰੀ, ਠੀਕ ਆ। ਉਹਦੇ ਬਾਅਦ ਆਪਣੇ ਆ ਗਿਆ 30 ਸ਼ਾਟ, 30 ਸ਼ਾਟ ਇੱਕ ਨੰਬਰ ਕੁਆਲਿਟੀ ਦੇ ਵਿੱਚ ਆ ਇਹ ਬਾਈ ਸਾਹਿਬ। ਓ ਭਾਈ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਵੈਲਕਮ ਬੈਕ ਟੂ ਅਨਦਰ ਵਲੌਗ। ਸੋ ਗਾਈਜ਼, ਮੇਰਾ ਨਾਮ ਹੈ ਅਮਨਪ੍ਰੀਤ ਸਿੰਘ ਤੇ ਮੈਂ ਚਮਕੌਰ ਸਾਹਿਬ ਤੋਂ ਪ੍ਰਣਾਮ ਕਰਦਾ, ਤੇ ਮੇਰੀ ਇਹ ਦੁਕਾਨ ਹੈਗੀ ਹੈ ਜਿੱਥੇ ਤੁਸੀਂ ਦੇਖ ਰਹੇ ਹੋ ਵੀਡੀਓ। ਸੋ ਆਪਾਂ ਦੁਕਾਨ ਦੇ ਰਿਕਾਰਡਿੰਗ ਹੀ ਆਪਣੀ ਵੀਡੀਓ ਵਗੈਰਾ ਸ਼ੂਟ ਕਰਦੇ ਹਾਂ, ਤੇ ਦੁਕਾਨ ਦੇ ਰਿਕਾਰਡਿੰਗ ਹੀ ਆਪਾਂ ਆਪਣੇ ਵਲੌਗ ਕੰਟੈਂਟ ਪਾਉਂਦੇ ਆ। ਸੋ ਅੱਜ ਦਾ ਦਿਨ ਕਿਆ ਹੈ, ਆਈਫੋਨ 16 ਦੇ ਨਾਲ ਆਪਾਂ ਸ਼ੂਟ ਕਰ ਰਹੇ ਹਾਂ ਅੱਜ। ਇਹ ਵਾਲੇ ਜਿਹੜੇ ਖਾਨੇ ਆ ਨਾ, ਆਹ ਦੇਖੋ ਇਹ ਖਰਾਬ ਹੋ ਗਏ ਯਾਰ, ਇਹ ਵਾਲੀ ਬੀੜੀ ਨਾ ਆਪਣਾ ਸਾਰੀ ਅੱਜ ਚੇਂਜ ਕਰਦੀ ਆ, ਦੇਖਦੇ ਹਾਂ ਜੇ ਤਾਂ ਮਿਲ ਗਈ ਆਪਾਂ ਨੂੰ ਤਾਂ ਆਪਾਂ ਨੇ ਇਹ ਚੇਂਜ ਕਰ ਦੇਣੀ ਆ। ਤੇ ਇੱਕ ਗੱਲ ਹੋਰ ਹੈ ਕਿ ਅੱਜ ਆਪਾਂ ਨੇ ਜਾਣਾ ਕਰਾਲੀ, ਕਰਾਲੀ ਜਾ ਕੇ ਆਪਾਂ ਨੇ ਪਟਾਕੇ ਪਟੂਕੇ ਚੱਕ ਕੇ ਲੈ ਕੇ ਆਉਣੇ ਆ, ਕਿਉਂਕਿ ਸੋ ਦੀਵਾਲੀ ਆ ਚੁੱਕੀ ਆ। ਦੀਵਾਲੀ ਆਉਣ ਦੇ ਨਾਲ ਆਪਾਂ ਨੇ ਕਿਹਾ ਇਹ ਪਹਿਲਾਂ ਹੀ ਤਿਆਰੀ ਕਰ ਲੈਣੀ ਆ, ਤਾਂ ਕਿ ਪਟਾਕੇ ਪਟੂਕੇ ਪਹਿਲੀ ਸਸਤੇ ਮਿਲ ਜਾਵੇ ਤੇ ਸਸਤੇ ਹੀ ਆਪਾਂ ਦੇ ਸਕੀਏ ਲੋਕਾਂ ਨੂੰ। ਸੋ ਬਣੇ ਰਹੇ ਹੋ, ਅੱਜ ਜਾਊਂਗੇ ਕਰਾਲੀ ਜਾ ਕੇ ਆਪਾਂ ਪਟਾਕਿਆਂ ਦਾ ਸਟੈਚ ਸਟੂਚ ਦੇਖਾਂਗੇ ਜਾ ਕੇ ਵੀ ਕਿਆ ਮਿਲਦਾ, ਕਿੱਦਾਂ ਦੇ ਪਟਾਕੇ ਮਿਲਦੇ ਆ, ਕਿਆ ਗੱਲਬਾਤ ਬਣਦੀ ਆ। ਲੋ ਵੀ ਗਾਈਜ਼, ਆਪਾਂ ਨਿਕਲ ਗਏ ਆਪਣੀ ਗੱਡੀ ਚੱਕ ਕੇ ਤੇ ਤਿਆਰ ਤਿਊਰੋ ਹੋ ਗਿਆ ਤਾਂ ਮੈਂ, ਤੇ ਹੁਣ ਬਸ ਆਪਾਂ ਨੇ ਕਰਾਲੀ ਜਾਣਾ, ਕਰਾਲੀ ਜਾ ਕੇ ਬਸ ਪਟਾਕੇ ਛੜਾਕੇ ਚੱਕ ਕੇ ਲੈ ਕੇ ਆਉਣੇ ਆ। ਸੋ ਆਪਾਂ ਗੱਡੀ ਚੱਕੀ ਹੋਈ ਆ ਬਾਈ, ਮੌਸਮ ਬੜਾ ਵਧੀਆ ਹੋਇਆ ਹੋਇਆ, ਥੋੜੀ ਗਰਮੀ ਆ ਪਰ ਜ਼ਿਆਦਾ ਨਹੀਂ ਹੈਗੀ, ਠੀਕ ਆ, ਘੈਂਟ ਮੌਸਮ ਆ, ਪੂਰੀ ਗੱਲਬਾਤ ਆ। ਫਟਾਫਟ ਚੱਲਦੇ ਹਾਂ ਜਾ ਕੇ ਆਪਾਂ ਕਰਾਲੀ ਮਿਲਦੇ ਆ ਸਿੱਧਾ ਜਾ ਕੇ। ਗਾਈਜ਼, ਇੱਕ ਗੱਲ ਆ ਜਿਹੜੀ ਆ, ਕੱਲ੍ਹ ਪਰਸੋਂ ਮੀਂਹ ਪਿਆ, ਜੀਰੀ ਲੱਗੀ ਹੋਈ, ਸਾਰੀ ਵਿਛਾਈ ਪਈ ਆ ਬਾਈ, ਜਿਹੜਾ ਹੁਣ ਪੱਕੀ ਪਈ ਆ, ਇਹ ਜੀਰੀ ਦਾ ਬਹੁਤ ਨੁਕਸਾਨ ਹੋਇਆ ਇਹ ਦਿਨਾਂ ਦੇ ਵਿੱਚ, ਮੀਂਹ ਨੇ ਬਹੁਤ ਤਕੜਾ ਨੁਕਸਾਨ ਕਰਿਆ, ਹਾਲੇ ਹੋਰ ਕਹਿੰਦੇ ਵੀ ਕਹਿੰਦੇ ਹੋਰ ਮੀਂਹ ਪੈਣਾ ਹਾਲੇ। ਬਈ ਗਾਈਜ਼, ਫਾਈਨਲੀ ਆਪਾਂ ਪਹੁੰਚ ਗਏ ਭਾਈ ਕਰਾਲੀ ਵਾਲੇ, ਤੇ ਇੱਥੇ ਲੈਟ ਹੈ ਤੇ ਆਪਾਂ ਨੇ ਹੁਣ ਇੱਧਰ ਛੱਡ ਜਾਣਾ, ਪਹਿਲੀ ਦੂਜੀ ਤੀਜੀ ਦੁਕਾਨ ਆ ਜਿਹੜੀ ਆਪਾਂ ਨੇ ਮੇਨ ਦੁਕਾਨ ਜਾਣਾ ਹੈ, ਠੀਕ ਹੈ। ਇੱਥੇ ਨਾ ਸ਼ਹਿਰ ਦੇ ਵਿੱਚ ਬਹੁਤ ਸਾਰੀ ਦੁਕਾਨਾਂ ਤਾਂ ਪਟਾਕੇ ਦੀ ਹੈਗੀਆਂ, ਪਰ ਜਿਹੜੀ ਮੇਨ ਦੁਕਾਨ ਆ ਨਾ ਜਿੱਥੇ ਸਭ ਤੋਂ ਜ਼ਿਆਦਾ ਸਸਤਾ ਸਮਾਨ ਮਿਲਦਾ ਹੈ, ਉੱਥੇ ਆਪਾਂ ਨੇ ਜਾਣਾ ਹੈ। ਆਪਾਂ ਫਟਾਫਟ ਚੱਲਦੇ, ਲੈਟ ਹੋ ਗਈ ਬਾਈ। ਗਾਈਜ਼, ਯਾਰ ਦੂਜੀ ਵਾਰ ਲੈਟ ਹੋ ਗਈ ਯਾਰ, ਹੁਣ ਖੜਨਾ ਪੈਣਾ, ਫਿਰ ਆਪਾਂ ਨੇ ਜਾਣਾ ਇੱਧਰਲੀ ਸਾਈਡ। ਵੀ ਗਾਈਜ਼, ਫਾਈਨਲੀ ਆਪਣਾ ਸਮਾਨ ਕੱਢਣਾ ਸਟਾਰਟ ਹੋ ਗਿਆ। ਦੋ ਵੀ ਗਾਈਜ਼, ਫਾਈਨਲੀ ਆਪਣੇ ਕੋਲ ਸਮਾਨ ਸਾਰਾ ਆ ਗਿਆ, ਡਿੱਗੇ ਦੇ ਵਿੱਚ ਆਪਾਂ ਰੱਖ ਲਿਆ, ਦੋ ਥੱਲੇ ਇੱਧਰ ਰੱਖੇ ਆ ਤੇ ਸਾਹਮਣੇ ਰੱਖੇ ਆ ਬਾਈ ਜੀ। ਯਾਰ ਨਾਸ ਵੱਜ ਗਿਆ,
ਮੁੱਛਾਂ ਮਾਛਾਂ ਥੱਲੇ ਹੋ ਗਈਆਂ, ਵਾਲ ਵੂਲ ਨਿਕਲ ਗਏ ਯਾਰ। 3-4 ਘੰਟੇ ਲੱਗ ਗਏ ਬਾਈ ਸਮਾਨ ਲੈਂਦੇ ਲੈਂਦੇ ਯਾਰ। 3-4 ਘੰਟਿਆਂ ਬਾਅਦ ਸਮਾਨ ਲਿਆ, ਬਹੁਤ ਜ਼ਿਆਦਾ ਸਮਾਨ ਹੋ ਗਿਆ। ਬਿੱਲ ਕਿੰਨਾ ਆਇਆ ਉਹ ਦੱਸਦੇ ਹਾਂ ਕਿੰਨਾ ਆਇਆ। ਘਰ ਚੱਲਦੇ ਹਾਂ, ਭੁੱਖ ਲੱਗੀ ਹੋਈ ਹੈ ਯਾਰ, ਕੁਛ ਖਾਊਂਗੇ, ਰਸਤੇ ਦੇਖਦੇ ਟਰਾਈ ਕਰਦੇ ਜੇ ਕੁਛ ਮਿਲ ਗਿਆ। ਸੋ ਫਟਾਫਟ ਚੱਲਦੇ ਹਾਂ, ਹੌਲੀ ਹੌਲੀ ਜਾਣਾ ਪੈਣਾ, ਮਾਲ ਬਹੁਤ ਨਜ਼ਦੀਕ ਕਿਆ ਕਹਿੰਦੇ ਹੁੰਦੇ ਆ ਉਹਨੂੰ, ਫੁੱਟਣੇ ਵਾਲਾ ਹੈ ਵੀ ਪਹੁੰਚਾ ਕੇ ਲੈ ਕੇ ਜਾਣਾ ਹੈ। ਚੱਲਦੇ ਹਾਂ ਫਟਾਫਟ। ਭਾਈ ਰਸਤੇ 'ਚ ਨਾ ਇੱਕ ਆਹ ਪਿੰਕੂ ਦੀ ਹੱਟੀ ਦੀ ਦੁਕਾਨ ਆਉਂਦੀ ਆ, ਇਹਨਾਂ ਨੇ ਵੀਡੀਓ 'ਚ ਤਾਂ ਦਿਖਾਇਆ ਹੋਇਆ ਵੀ ਬਹੁਤ ਸਸਤਾ ਮਾਲ ਆ, ਪਰ ਉਹ ਸਸਤਾ ਹੈ ਨਹੀਂ ਗਾਈਜ਼, ਕਿਉਂਕਿ ਤੁਸੀਂ ਪਛਾਣ ਨਹੀਂ ਕਰ ਸਕਦੇ। ਹੁਣ ਮੈਂ ਦੁਕਾਨਦਾਰ ਹਾਂ, ਮੈਨੂੰ ਤਾਂ ਪਤਾ ਹੈ ਵੀ ਯਾਰ ਕਿੱਦਾਂ ਦਾ ਪਟਾਕਾ, ਕਿੱਦਾਂ ਦਾ ਡੁਪਲੀਕੇਟ ਆ, ਕਿਹੜਾ ਓਰੀਜਨਲ ਆ, ਕਿਆ ਚੀਜ਼ ਆ, ਸਾਰਾ ਕੁਝ ਮੈਨੂੰ ਪਤਾ, ਪਰ ਇਹਨਾਂ ਕੋਲ ਆ ਕੇ ਤੁਸੀਂ ਜਾਣ ਪਛਾਣ ਕਰ ਨਹੀਂ ਸਕਦੇ ਬਾਈ। ਸੋ ਜੈਨੂਅਨ ਬੰਦੇ ਕੋਲੋਂ 2 ਪੈਸੇ ਵੱਧ ਹੀ ਲਓ, ਵਧੀਆ ਨਿਕਲਣਾ ਚਾਹੀਦਾ ਤੁਹਾਡਾ ਪਟਾਕਾ ਜਿਹੜਾ ਵੀ ਹੈ। ਦੇਖੋ ਕਿੰਨੀਆਂ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ, ਦੇਖ ਲਾ ਢੇਰ ਲੱਗੇ ਪਏ ਆ ਪਟਾਕਿਆਂ ਦੇ, ਪਟਾਕੇ ਪਟਾਕੇ ਹੋਏ ਪਏ ਆ, ਲੋਕ ਦੇਖ ਕਿੰਨੇ ਸ਼ੋਪਿੰਗ ਕਰਦੇ ਫਿਰਦੇ ਆ, ਬੱਲਾ ਬੱਲਾ। ਆਪਾਂ ਵੀ ਬਥੇਰੀ ਕਰ ਲਈ ਯਾਰ, ਆਪਾਂ ਫਟਾਫਟ ਬਾਜ਼ਾਰ ਚੋਂ ਇੱਥੋਂ ਨਿਕਲਦੇ ਹਾਂ, ਭੀੜ ਚੋਂ ਲੋਕ ਬਹੁਤ ਸ਼ੋਪਿੰਗ ਕਰ ਰਹੇ ਆ ਬਾਈ। ਚੱਲ ਮਿੱਤਰਾ, ਚੱਲਦਾ ਹੀ ਨਹੀਂ ਬਾਬਾ, ਹੌਲੀ ਹੌਲੀ ਚੱਲੀ ਜਾਂਦਾ। ਸੋ ਇੱਧਰ ਵੀ ਇੱਕ ਦੁਕਾਨ ਆ, ਦੇਖੋ ਪਿੰਕੋ ਦੀ ਹੱਟੀ, 3-4 ਦੁਕਾਨਾਂ ਖੁੱਲੀ ਬੈਠਾ ਅੰਦਰ ਦੱਸ, ਪਰ ਬਹੁਤ ਸਾਰਾ ਮਾਲ ਇਹਦਾ ਇਹੋ ਜਿਹਾ ਜਿਹੜਾ ਪਛਾਣ ਨਹੀਂ ਸਕਦੇ ਤੁਸੀਂ। ਮੈਂ ਨਹੀਂ ਕਹਿੰਦਾ ਡੁਪਲੀਕੇਟ ਆ, ਪਰ ਤੁਸੀਂ ਉਹ ਤੁਹਾਨੂੰ ਪਤਾ ਲੱਗ ਜੂਗਾ ਜਾਂ ਤੁਸੀਂ ਓਰੀਜਨਲ ਤੇ ਇੱਕ ਹੋਰ ਕੰਪਨੀ ਦਾ ਦੇਖੋਗੇ। ਬਾਈ ਗਾਈਸ, ਉਹ ਦੇਖੋ ਯਾਰ ਇੱਕ ਬੰਦਾ ਲੰਘਿਆ ਮੇਰੇ ਕੋਲ ਤੇ ਬਹੁਤ ਤੇਜ਼ੀ ਨਾਲ, ਬਾਈ ਧੂੰਆਂ ਨਿਕਲਦਾ ਪਿਆ, ਦੱਸ ਵੀ ਤੂੰ ਇੰਜਣ ਦਾ ਕੰਮ ਕਰਾ ਲੈ ਯਾਰ। ਯਾਰ ਦੇਖ ਕਿੰਨਾ ਧੂੰਆਂ ਛੱਡਦਾ ਜਾਂਦਾ। ਇੱਕ ਤਾਂ ਗੱਲ ਹੋਰ ਦੇਖੋ ਯਾਰ, ਕੈਮਰੇ ਦੀ ਨਾ ਟੈਸਟਿੰਗ ਹੋ ਰਹੀ ਆ ਬਹੁਤ ਜ਼ਬਰਦਸਤ ਤਰੀਕੇ ਨਾਲ, ਬਹੁਤ ਵਧੀਆ ਕੈਮਰਾ ਯਾਰ, ਬਹੁਤ ਜ਼ਿਆਦਾ ਸਮੂਥ ਵੀਡੀਓ ਆ, ਪੂਰੀ ਗੱਲ ਬਣੀ ਹੋਈ ਆ। ਗਾਈਜ਼ ਯਾਰ ਮੈਂ ਆ ਰਿਹਾ ਤਾਂ ਰੋਪੜ ਤੋਂ, ਕਰਾਲੀ ਤੋਂ, ਆਹ ਦੇਖੋ ਕਿਆ ਹੋ ਗਿਆ, ਤੇਲ ਹੈ ਉਹ ਨਹੀਂ, ਮੈਂ ਧਿਆਨ ਹੀ ਨਹੀਂ ਦਿਆ ਯਾਰ, ਹੁਣ ਮੈਨੂੰ ਇੱਧਰ ਹੀ ਛੱਡ ਜਾਣਾ ਪੈਣਾ ਦੁਬਾਰਾ, ਹੁਣ ਤੇਲ ਪਾ ਕੇ ਲੈ ਕੇ ਆਉਣਾ ਪੈਣਾ, ਮੈਂ ਰਸ ਹੀ ਭੁੱਲ ਗਿਆ ਪਾ ਲੈਣਾ ਤਾਂ ਯਾਰ। ਤੇਲ ਪਾ ਲਈਏ ਬਾਈ ਹੁਣ। ਗਾਈਜ਼ ਯਾਰ ਭੁੱਖ ਬਹੁਤ ਲੱਗ ਗਈ ਯਾਰ, ਬਸ ਹੁਣ ਮੈਂ ਜਾ ਰਿਹਾ, ਤੇਲ ਤੂੰ ਪਾ ਲਿਆ ਤਾਂ, 500 ਰੁਪਏ ਦਾ ਤੇਲ ਪਾਇਆ, ਸੋ ਬਸ ਹੁਣ ਇੰਨੇ ਪੈਸੇ ਬਚ, ਪਿਆਸ ਲੱਗੀ ਹੋਈ ਆ ਤਾਂ ਕਰਕੇ ਖੰਘ ਆਈ ਜਾਂਦੀ ਆ। ਸੋ ਯਾਰ ਬਸ ਪਿਆਸ ਲੱਗੀ ਹੋਈ ਆ, ਹੁਣ ਭੁੱਖ ਲੱਗੀ ਹੋਈ ਆ। ਇੱਕ ਆਹ ਦੇਖੋ ਯਾਰ, ਮਾਂ ਜੀਰੀ ਦੀ ਗੱਲ ਕਰਦਾ, ਦੇਖੋ ਕਿੰਨੀ ਗਿਰੀ ਪਈ ਆ ਸਾਰੀ, ਉਹ ਸਾਰੀ ਉਹ ਨਾ ਇਹ ਜੀਰੀ ਦਾ ਨੁਕਸਾਨ ਹੋਇਆ ਹੋਇਆ, ਲੈ ਪਾਣੀ ਕਰਕੇ ਹੋਰ ਪੱਗੇ ਪਏ ਆ, ਦੇਖੋ ਲੈ ਟੋਏ, ਉਹ ਅੱਗੇ ਵੀ ਪਾਣੀ ਖੜਾ ਯਾਰ, ਚੱਲਦੇ ਆ ਉੱਥੇ ਜਾ ਕੇ ਦੇਖਦੇ ਆ। ਗਾਈਸ ਦੇਖੋ ਯਾਰ ਕਿੰਨੇ ਟੋਏ ਆ ਯਾਰ, ਬਹੁਤ ਪਾਣੀ ਆ ਇੱਥੇ ਯਾਰ, ਇਹ ਥੜ ਥੜ ਬਹੁਤ ਟੋਏ ਆ ਯਾਰ, ਬਸ ਹੁਣ ਫਟਾਫਟ ਚੱਲਦੇ ਆ ਘਰ, ਜਾ ਕੇ ਲੰਗਰ ਪਾਣੀ ਖਾਂਦੇ ਆ, ਨਾਲੇ ਕਰਦੇ ਆ ਅਨਬੋਕਸ ਪਟਾਕਿਆਂ ਦੀ, ਦੇਖਦੇ ਆ ਵੀ ਕਿਆ ਕਿਆ ਮਾਲ ਆਪਾਂ ਲੈ ਕੇ ਆਏ ਆ, ਤੇ ਕਿੰਨੇ ਕੁ ਪਟਾਕੇ ਹੈਗੇ ਆ, ਤੇ ਆਪਾਂ ਅੰਦਾਜ਼ਾ ਲਾਉਂਦੇ ਆ ਵੀ ਕਿੰਨੇ ਕੁ ਆਪਣੇ ਪੈਸੇ ਬਣ ਜੂਗੇ ਇਹਨਾਂ ਦੇ। ਸੋ ਬਣੇ ਰਹੋ, ਖੋਲਾਂਗੇ ਆਪਾਂ ਅਨਬੋਕਸਿੰਗ ਕਰਾਂਗੇ ਇਹਨਾਂ ਦੀ, ਰਾਤ ਨੂੰ ਕਰਾਂਗੇ ਆਰਾਮ ਨਾਲ ਬੈਠ ਕੇ, ਠੀਕ ਆ। ਗਾਈਜ਼ ਨਹਿਰ ਆ ਗਈ, ਇਹ ਆਪਣੇ ਪਿੰਡ ਦੀ ਨਹਿਰ ਲੰਘਦੀ ਆ, ਪੱਕੀ ਨਹਿਰ ਆ। ਇਹ ਬਾਬੇ ਨਾ ਕਟੂਣਾ ਕਰਕੇ ਜਿਹੜੇ ਜਿਹੜੇ ਮੁੰਡਾ ਲੰਘਿਆ, ਆਹ ਮੈਨੂੰ ਦੇਖ ਡਰ ਗਿਆ ਭਾਈ ਸਾਹਿਬ, ਕਿਆ ਗੱਲਬਾਤ ਆ। ਗਾਈ ਸਮਾਨ ਤਾਰ ਕੇ ਮੈਂ ਮੱਥਾ ਟੇਕਣ ਆ ਗਿਆ ਸੀ, ਲੋ ਵੀ ਗਾਈਜ਼ ਆਪਾਂ ਦੁਕਾਨ ਤੇ ਆ ਗਏ, ਤੇ ਪਿਆਸ ਲੱਗ ਗਈ ਤੀ, ਪਿਆਸ ਬੁਝਾਏ ਕੋਕਾ ਕੋਲਾ। ਸੋ ਮਿੱਤਰ
ਮਿੱਤਰੋ ਕੱਲ ਆਏ ਆ, ਇੱਕ ਬੰਬ ਚਲਾ ਕੇ ਦੇਖਿਆ ਤਾਂ ਆਪਾਂ ਨੇ ਬਾਹੂਬਲੀ ਵਾਲਾ। ਬਾਈ ਸਾਹਿਬ ਕਿਆ ਬੰਬ ਦਾ ਯਾਰ, ਇੰਨੀ ਆਵਾਜ਼ ਆਈ ਉਹਦੀ, ਜਾਣ ਕੇ ਮੈਂ ਇਹਦੇ ਵਿੱਚ ਪਾਇਆ ਨਹੀਂ ਹੈਗਾ ਕਿਉਂਕਿ ਯਾਰ ਕਿ ਨਿਆਣੇ ਨੇ ਚਲਾਇਆ ਤਾ, ਜਾਂ ਨਿਆਣੇ ਚਲਾਉਂਦੇ ਆ ਫਿਰ ਇਹ ਕੋ ਯੂਟਿਊਬ ਵਾਲੇ ਕਹਿੰਦੇ ਆ ਭਾਈ ਤੂੰ ਬੱਚੇ ਤੋਂ ਪਟਾਕੇ ਚਲਾਉਂਦਾ, ਇੱਦਾਂ ਲੈ ਲਾ ਬਾਬਾ ਕਰਕੇ ਸਟ੍ਰਾਈਕ ਪਾ ਦਿੰਦੇ ਆ। ਸੋ ਬਸ ਹੁਣ ਥੋੜ੍ਹੀ ਦੇਰ ਤੱਕ ਅੰਦਰ ਜਾਊਂਗੇ, ਸਾਰੇ ਪਟਾਕੇ ਨੂੰ ਆਪਾਂ ਅਨਬੋਕਸ ਕਰਾਂਗੇ। ਜੇ ਤਾਂ ਹੁਣ ਵੈਸੇ ਤਾਂ ਥੱਕਿਆ ਹੋਇਆ ਬਹੁਤ ਬੁਰਾ ਹਾਲ ਆ, ਜੇ ਤਾਂ ਜਾਨ ਬਚ ਗਈ ਫਿਰ ਆਪਾਂ ਕਰਾਂਗੇ, ਓਪਨ ਕਰਾਂਗੇ ਉਹਨਾਂ ਨੂੰ ਸਾਰਿਆਂ ਨੂੰ। ਜੇ ਨਹੀਂ ਫਿਰ ਹੋਇਆ ਤਾਂ ਫਿਰ ਆਪਾਂ ਕੱਲ੍ਹ ਨੂੰ ਦਿਨ ਦੇ ਵਿੱਚ ਵੀਡੀਓ ਸ਼ੂਟ ਕਰਾਂਗੇ, ਉਹ ਵੀ ਅਸੀਂ ਵੀਡੀਓ ਦੇ ਵਿੱਚ ਅਟੈਚ ਕਰੂੰਗੇ। ਲੋ ਵੀ ਗਾਈਜ਼, ਆਪਾਂ ਵਾਲੇ ਕਮਰੇ 'ਚ ਆ ਗਏ ਜਿੱਥੇ ਆਪਾਂ ਨੇ ਪਟਾਕੇ ਰੱਖੇ। ਇੱਕ ਥੈਲਾ ਆਪਣੇ ਕੋਲ ਵਾਲਾ, ਇੱਕ ਲਫਾਫਾ ਵਾਲਾ, ਇੱਕ ਥੈਲਾ ਆਹ, ਇੱਕ ਆਹ, ਠੀਕ ਹੈ। ਇਹਨਾਂ ਨੂੰ ਆਪਾਂ ਨੇ ਹੁਣ ਅਨਬੋਕਸਿੰਗ ਕਰਨਾ ਇਹਦੇ ਉੱਪਰ। ਪਹਿਲਾਂ ਆਪਾਂ ਕਿਹੜੀ ਪੇਟੀ ਖੋਲੀ, ਇਹਦੇ 'ਚ ਕਿਆ ਹੈ ਭਾਈ? ਇਹ 'ਚ ਸ਼ੋਟ ਆ, ਇਹ ਤਾਂ ਬਾਅਦ 'ਚ ਖੁੱਲਾਂਗੇ, ਪਹਿਲਾਂ ਇਹ 'ਚ ਚੱਕਦੇ ਆ। ਇਹ 'ਚ ਸਿਰਫ ਪੌਪ ਆ, ਇੰਨੇ ਪੌਪ ਦੇ ਡੱਬੇ ਆ ਇਹਦੇ 'ਚ, ਚਾਰ ਪੰਜ। ਇੱਕ ਮੈਂ ਦੁਕਾਨ 'ਚ ਰੱਖਿਆ ਆ, ਇਹਨੂੰ ਆਪਾਂ ਆ ਜਾ ਭਾਈ, ਆਹ 'ਚ ਭਾਰੀ ਮਾਲ, ਭਾਰੀ ਯਾਰ। ਇਹਨੂੰ ਆਪਾਂ ਖੋਲਦੇ ਹਾਂ ਬਾਈ, ਅਨਬੋਕਸ ਕਰਦੇ ਹਾਂ, ਦੇਖਦੇ ਇਹਦੇ ਵਿੱਚ ਕਿਆ ਕਿਆ ਨਿਕਲਦਾ। ਲੋ ਵੀ ਗਾਈਜ਼, ਇੱਕ ਆਪਾਂ ਨੇ ਡੱਬਾ ਓਪਨ ਕਰਿਆ ਜਿਹਦੇ ਵਿੱਚੋਂ ਬੀੜੀ ਬੰਬ, ਅਨਾਰ, ਫੁੱਲ ਝੜੀਆਂ, ਛੋਟੇ ਤੋਂ ਲੈ ਕੇ ਵੱਡੀਆਂ ਤੱਕ ਦੀਆਂ ਸਾਰੀਆਂ ਕੈਟੇਗਰੀ ਦੀਆਂ ਆਹ ਖੁੱਲੀਆਂ ਨਿਕਲੀਆਂ। ਪਤਾ ਨਹੀਂ ਕਿਹਚੋਂ, ਸ਼ਾਇਦ ਇਹ 'ਚੋਂ ਖੁੱਲੀਆਂ ਹੋਈਆਂ। ਇਹ ਵੀ ਫੁੱਲ ਝੜੀ ਆ, ਦੋ ਤਰ੍ਹਾਂ ਦੀਆਂ ਕੜਕਾਂ, ਵਿਸਲ ਵਾਲੀ ਅਤੇ ਇੱਕ ਸਿੰਪਲ ਵਧੀਆ ਕੁਆਲਿਟੀ ਦੇ ਵਿੱਚ। ਇਹ ਕਿਹੜੀ ਕੰਪਨੀ ਆ? ਸਨਸ਼ਾਈਨ ਦੀ, ਠੀਕ ਆ। ਉਹਦੇ ਬਾਅਦ ਸਨਸ਼ਾਈਨ ਦਾ ਹੀ ਆਪਣੇ ਕੋਲ ਹੈਗਾ ਅਨਾਰ, ਉਹ ਤੋਂ ਵੱਡੇ ਫਿਰ ਅਨਾਰ। ਇਹ ਖੁੱਲ੍ਹ ਕੇ ਦਿਖਾਉਂਦਾ ਵਾਲਾ ਯਾਰ, ਜੇ ਖੁੱਲ੍ਹ ਜਾਵੇ। ਇਹ ਹੈਗਾ ਬੈਡੀਬਲ ਦਾ, ਬਾਈ ਸਾਹਿਬ, ਬਾਈ ਸਾਈਜ਼ ਚੈੱਕ ਕਰੋ ਯਾਰ, ਕਿਆ ਜ਼ਬਰਦਸਤ ਅਨਾਰ ਆ ਯਾਰ, ਹੈਵੀ ਵੇਟ ਵੀ ਖਾਸਾ ਇਹਦੇ 'ਚ। ਚਲਾ ਕੇ ਦੇਖਾਂਗੇ ਇਹ ਵੀ ਯਾਰ, ਕੋਈ ਗੱਲ ਨਹੀਂ, ਦਿਵਾਲੀ 'ਚ ਦੇਖਾਂਗੇ ਵਾਲਾ ਚਲਾ ਕੇ। ਇਹਦੇ ਬਾਅਦ ਆਪਣੇ ਕੋਲ ਨਿਕਲੇ ਆ, ਇਹਦੇ 'ਚ 10 ਸ਼ੋਟ ਆ, ਦੋ ਡੱਬੇ ਮੰਗਾਏ ਤੇ, ਇਹ ਨਵੀਂ ਚੀਜ਼ ਆ। 10 ਸ਼ੋਟ ਦੇ ਦੋ ਦੋ ਰੰਗ ਦੇ, 10 ਸ਼ੋਟ ਇਹਦੇ ਵਿੱਚ ਦੋ ਦੋ ਰੰਗ ਦੇ ਹੋਣਗੇ, ਠੀਕ ਆ, ਮਤਲਬ ਇੱਕ ਤਰ੍ਹਾਂ ਦੇ ਦੋ ਰੰਗ। ਅੱਜ ਤੋਂ ਬਾਅਦ ਪੈਂਟਾ ਸ਼ੋਟ ਮਰਕਰੀ ਦਾ, ਬਾਈ ਦੀ ਓਰੀਜਨਲ ਕੰਪਨੀ ਦਾ ਮਾਲ ਆ ਮਰਕਰੀ ਦੇ, ਚਾਰ ਪੰਜ ਡੱਬੇ ਆ, ਇੱਕ ਹੋਰ ਨਿਕਲਣਾ ਹਾਲੇ। ਉਹਦੇ ਬਾਅਦ ਮਰਕਰੀ ਦੇ ਬਾਈ ਮਲਟੀ ਕਲਰ ਡੰਡੇ, ਤਿੰਨ ਤਿੰਨ ਵਾਲੇ, ਚਾਰ ਕੁ ਡੱਬੇ ਆ ਇਹ ਆਪਣੇ ਕੋਲ ਬਾਈ ਹੈਗੇ ਆ ਡੱਬੇ। ਦੇਖਾਂਗੇ ਇਹਨਾਂ ਨੂੰ ਵੀ ਚਲਾ ਕੇ ਕਿਆ ਗੱਲਬਾਤ ਬਣਦੀ ਆ। ਹੁਣ ਖਿੱਚਦੇ ਯਾਰ, ਇਹ 'ਚ ਵਜਨ ਬਹੁਤ ਆ, ਉਹ ਬਾਈ ਇਹ 'ਚ ਵਜਨ ਬਹੁਤ ਆ, ਕਿਆ ਕਿਹਾ ਇਹਦੇ 'ਚ, ਬੁਲਟ ਬਲਟ ਆ ਗਏ ਇਹਦੇ ਵਿੱਚ। ਖੋਲਦੇ ਆ ਇਹਨੂੰ, ਅਨਬੋਕਸ ਕਰਦੇ ਆ, ਇਹਦੇ ਬਾਅਦ ਕੱਢ ਕੇ ਇਹਨੂੰ ਇੱਥੇ ਲਾਉਂਦੇ। ਲੋ ਵੀ ਗਾਇਜ਼, ਦੂਜਾ ਥੈਲਾ ਵੀ ਆਪਾਂ ਨੇ ਖੋਲ ਲਿਆ ਹੈ, ਅਤੇ ਕਿੱਥੋਂ ਸਟਾਰਟ ਕਰੀਏ, ਇੱਥੋਂ ਕਰਦੇ ਆ। ਇਹ ਹੈਗਾ ਭਾਈ ਨੋਰਮਲ ਚਿੱਟਪੁੱਟ, ਉਹ ਤੋਂ ਬਾਅਦ ਵਧੀਆ ਕੁਆਲਿਟੀ 'ਚ ਸਨਸ਼ਾਈਨ ਦਾ ਚਿੱਟਪੁੱਟ, ਵਧੀਆ ਕੁਆਲਿਟੀ 'ਚ ਫਲਾਵਰ ਪੋਟ ਆ ਗਿਆ, ਠੀਕ ਆ ਜੀ। ਉਹਦੇ ਬਾਅਦ ਸਨਸ਼ਾਈਨ ਦਾ ਹੀ ਛੋਟਾ ਬੁਲਟ ਆ ਗਿਆ, ਅਤੇ ਬਾਅਦ ਸਨਸ਼ਾਈਨ ਦਾ ਹੀ ਵੱਡਾ ਪੈਕਟ ਆ ਗਿਆ ਬੁਲਟ ਵਾਲਾ। ਦੋਨਾਂ ਦੀ ਕੁਆਲਿਟੀ ਪੂਰੇ ਬੜੇ ਬੰਬ ਦੀ ਮੁਕਾਬਲਾ ਕਰਨਗੇ ਇਹ। ਸਨਸ਼ਾਈਨ ਦੀਆਂ ਰੋਟਾਂ ਆ ਗਈਆਂ, ਠੀਕ ਹੈ, ਛੋਟੀ ਬੱਚੇ ਵਾਲੀਆਂ 12 ਸ਼ੋਟ ਵਾਲੇ ਆਪਣੇ ਆ ਗਏ ਸਨਸ਼ਾਈਨ ਦੀ। ਸਨਸ਼ਾਈਨ ਦਾ ਤੁਹਾਨੂੰ ਮੋਸਟਲੀ ਮਾਲ ਦੇਖਣ ਨੂੰ ਮਿਲੂਗਾ, ਅਤੇ ਉਹਦੇ ਬਾਅਦ ਇੱਦਾਂ ਦੇ ਦੋ ਮੁੱਠੇ ਆ, ਦੋ ਆਪਣੇ ਕੋਲ ਹੋਰ ਪਏ ਆ, ਉਹ ਵੀ ਆਪਾਂ ਦਿਖਾ ਦਾਂਗੇ ਤੁਹਾਨੂੰ। ਉਹ ਮੈਂ ਪਹਿਲਾਂ ਲੈ ਕੇ ਆਇਆ ਹੋਇਆ ਸੀ ਹੋਰ ਕੰਪਨੀ ਦੇ, ਆਹ ਇਹ ਇਲੈਕਟ੍ਰਿਕ ਦੇ ਆ, ਟਰਕੀ ਬ੍ਰਾਂਡ ਦੇ ਪੁਰਾਣੇ ਆ, ਬਹੁਤ ਪੁਰਾਣੀ ਕੰਪਨੀ ਆ, ਠੀਕ ਹੈ। ਉਹਦੇ ਬਾਅਦ ਆਪਣੇ ਕੋਲ ਪੰਛੀ ਵਾਲੇ ਆ ਗਏ, ਜਿਹੜੇ ਲਕਸ਼ਮੀ ਵਾਲੇ ਆਉਂਦੇ ਹੁੰਦੇ ਤੇ ਸਨਸ਼ਾਈਨ ਦੇ ਆ। ਉਹਦੇ ਬਾਅਦ ਟੂ ਸਾਊਂਡ, ਬਾਈ ਟੂ ਸਾਊਂਡ ਵਾਲੇ ਆ ਗਏ, ਟੂ ਸਾਊਂਡ ਆ ਇਹ, ਮਤਲਬ ਦੋ ਸ਼ੋਟ ਸਿੰਗਲ ਯਾਰ, ਪਤਾ ਨਹੀਂ ਕਿਹੜਾ ਇੱਧਰ ਯਾਰ, ਬਾਹਰ ਸਬਜ਼ੀ ਵੇਚਣ ਵਾਲੇ ਆਈ ਜਾਂਦੇ ਆ। ਆਹ ਦੇਖੋ ਯਾਰ ਲਕਸ਼ਮੀ ਵਾਲੇ ਵੱਡੇ ਬੰਬ, ਇਹ ਆਉਂਦੇ ਆ ਹੁਣ ਆਪਣੇ ਸਨਸ਼ਾਈਨ ਦੇ ਲਕਸ਼ਮੀ 'ਚ, ਪੈਰਟ 'ਚ,
ਠੀਕ ਆ ਪੈਰਾਲਲ ਬੰਬ ਆ ਗਏ ਹਾਈਡਰੋ ਛੋਟਾ ਬੰਬ ਪਰ ਕਿਹੜੀ ਕੰਪਨੀ ਦਾ ਸਨਸ਼ਾਈਨ ਦਾ ਬਾਈ ਯਾਰ ਇਹ ਕੰਪਨੀ ਚੱਲਦੀ ਆ ਨਾ ਪੂਰੀ ਗੱਲ ਬਣਾਉਂਦੀ ਹੈ ਯਾਰ ਉਹਦੇ ਬਾਅਦ ਆਪਣੇ ਕੋਲ ਬਾਈ ਆਹ ਨਵੀਂ ਆਈਟਮ ਆ ਬਟਰਫਲਾਈ 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 ਜਿਹੜਾ ਗਾਣਾ ਮਸ਼ਹੂਰ ਹੋਇਆ ਨਾ ਉਹਦੇ ਉੱਪਰ ਇਹਨਾਂ ਨੇ ਬਟਰਫਲਾਈ ਕਰੀ ਵੀ ਅੱਗ ਲਾਉਂਦੀ ਹੈ ਉੱਪਰ ਨੂੰ ਐਂ ਲੰਘ ਜਾਂਦੀ ਆ ਗੋਲ ਘੁੰਮ ਦੇ ਪੈਰਟ ਛੋਟਾ ਬਾਈ ਸਾਹਿਬ ਮੈਨੂੰ ਬਾਈ 2 ਸਾਲ ਬਾਅਦ ਆਲੇ ਬੰਬ ਮਿਲੇ ਆ ਦੇਖੋ ਓਰੀਜਨਲ ਆ ਠੀਕ ਹੈ ਦੇਖ ਰਹੇ ਨਾ ਬਾਹੂਬਲੀ ਬਾਹੂਬਲੀ ਕੰਪਨੀ ਕਿਹੜੀ ਆ ਐਟੋਮਿਕ ਬੰਬ ਭਾਈ ਸਾਹਿਬ ਇਹ ਜ਼ਿਆਦਾ ਇਹ ਚੱਲਦਾ ਹੈ ਨਾ ਰਾਤ ਦੀ ਟੈਸਟਿੰਗ ਕਰ ਚੁੱਕਿਆ ਮੈਂ ਬਾਈ ਸਾਹਿਬ ਚੱਲਦਾ ਨਾ ਪੂਰੀ ਧਰਤੀ ਹਿਲਾਉਂਦਾ ਉਹਦੇ ਬਾਅਦ ਵੱਡੇ ਚ ਹਾਈਟੋ ਖੁਲਜਾ ਉੱਡੂੰਗਾ ਓ ਭਾਈ ਸਾਹਿਬ ਬਾਈ ਸਾਹਿਬ ਮੈਨੂੰ ਇਹਨਾਂ ਨੇ ਭਰੋਸਾ ਦਿਆ ਕਹਿੰਦੇ ਜ਼ਿਆਦਾ ਚੱਲੂਗਾ ਨਾ ਇਹ ਵੀ ਤਸੱਲੀ ਕਰਾਊਂਗਾ ਇਹ ਕਿਸੇ ਵੀ ਕੰਪਨੀ ਨਾਲੋਂ ਸਭ ਤੋਂ ਤਕੜਾ ਬੰਬ ਆਉਂਦਾ ਇਹ ਐਟੋਮਿਕ ਬੰਬ ਦਾ ਹੀ ਹੈ ਦੇਖੋ ਐਟਮ ਲਿਖਿਆ ਨਾ ਉੱਪਰ ਐਟੋਮਿਕ ਬੰਬ ਦੀ ਉਹ ਕੰਪਨੀ ਹੈ ਸਭ ਬ੍ਰਾਂਡ ਆ ਪਰ ਹੈਗਾ ਓਰੀਜਨਲ ਆ ਠੀਕ ਹੈ ਜੀ ਉਹਦੇ ਬਾਅਦ ਐਲੀਫੈਂਟ ਮਾਰਕਾ ਲੱਗਿਆ ਹੋਇਆ ਇਹਦੇ ਵਿੱਚ ਬਾਈ ਸਾਹਿਬ ਇਹਨਾਂ ਦਾ ਨਾਮ ਦੱਸ ਦਿੰਦਾ ਇਹ 4 ਨੰਬਰ ਆ ਇਹ ਹੈਗਾ 8 ਨੰਬਰ ਇਹਨਾਂ ਦਾ ਸਾਈਜ਼ ਹੁੰਦਾ ਇਹ 4 ਇੰਚੀ ਬੰਬ ਆ ਇਹ 8 ਇੰਚੀ ਬੰਬ ਆ ਇਹ ਤੁਹਾਨੂੰ ਚੀਜ਼ ਕੋਈ ਨਹੀਂ ਦੱਸਦਾ ਇਹਨਾਂ ਦਾ ਬਹੁਤ ਫਰਕ ਹੁੰਦਾ ਤੁਸੀਂ 4 ਇੰਚੀ 4 ਇੰਚੀ 2 ਇੰਚੀ ਇਹ ਚੀਜ਼ਾਂ ਕਹਿ ਕੇ ਦੇਖਿਓ ਵੀ 4 ਨੰਬਰ ਦੇ ਦਿਓ ਬਾਈ ਠੀਕ ਹੈ ਤੁਹਾਨੂੰ ਪਤਾ ਲੱਗੂਗਾ ਵੀ ਕਿਆ ਚੀਜ਼ ਆ ਬਾਈ ਸਾਹਿਬ ਸੁਪਰੀਮ ਦੇ ਬਾਈ ਇਹ ਦੱਸੋ ਕਿਆ ਚੀਜ਼ ਆ ਯਾਰ ਲੈ ਇੱਥੋਂ ਪਤਾ ਲੱਗ ਗਿਆ ਹੁਣ ਕਰੈਕਲਿੰਗ ਵਾਲੇ ਅਨਾਰ ਇਹਨੂੰ ਯਾਰ ਕੋਈ ਖੋਲਿਆ ਤਾਂ ਹੈਗਾ ਤਾਂ ਮੈਂ ਖੋਲ ਕੇ ਫਾੜ ਦਿੰਦੇ ਆ ਕਿਤੇ ਨਹੀਂ ਲੈ ਜੀ ਲੈ ਅਨਬੋਕਸਿੰਗ ਕਰਤੀ ਤੁਹਾਡੇ ਸਾਹਮਣੇ ਅਨਬੋਕਸਿੰਗ ਹੋ ਗਈ ਬਾਈ ਸਾਹਿਬ ਕਰੈਕਲਿੰਗ ਵਾਲਾ ਅਨਾਰ ਆ ਮਲਟੀ ਕਲਰ ਅਨਾਰ ਆ ਇੱਥੇ ਅੱਗ ਲੱਗਦੀ ਆ ਫੁਲਚੜੀ ਨਾਲ ਇਹ ਆਪਾਂ ਨੇ ਲਏ ਆਪਣੇ ਵਾਸਤੇ ਸਾਰੇ ਸੈੱਟ ਇਹ ਜੇ ਬਿੱਗੇ ਨਹੀਂ ਠੀਕ ਆ ਕੋਈ ਗੱਲ ਨਹੀਂ ਆਪਾਂ ਆਪ ਚਲਾਵਾਂਗੇ ਆਲੇ ਪਰ 1 ਨੰਬਰ ਮਾਲ ਯਾਰ ਉਹਦੇ ਬਾਅਦ ਆ ਗਿਆ ਗੰਗਾ ਯਮਨਾ ਕਿਹੜੀ ਆਪਣੀ ਸਨਸ਼ਾਈਨ ਫਿਰ ਉਦੋਂ ਬਾਅਦ ਆ ਗਿਆ ਭਾਜੀ ਆਪਣੇ ਕੋਲ ਓਲਡ ਇਜ਼ ਗੋਲਡ ਗੰਗਾ ਯਮਨਾ ਇਹ ਤੁਸੀਂ ਬਹੁਤ ਜਗ੍ਹਾ ਦੇਖੇ ਹੋਣੇ ਆ ਇਹ ਵੀ ਮੈਂ ਆਪਣੇ ਕੋਲ ਵਿਕਦੇ ਹੁੰਦੇ ਆ ਮੈਂ ਲੈ ਕੇ ਆਉਂਦਾ ਹੁੰਦਾ ਇਹਦੀ ਬਾਜ ਅਲੱਗ ਹੀ ਹੁੰਦੀ ਆ ਕੁਛ ਅਲੱਗ ਤਰੀਕੇ ਨਾਲ ਚੱਲਦਾ ਹੁੰਦਾ ਪਰ ਇਸ ਟਾਈਮ ਬੈਸਟ ਕੁਆਲਿਟੀ ਦੇ ਵਿੱਚ ਕਿਹੜਾ ਸਨਸ਼ਾਈਨ ਦਾ ਉਹਦੇ ਬਾਅਦ ਹਾਂ ਰੀਮਤ ਕੰਪਨੀ ਦਾ ਪੈਂਟਾ ਸਕਾਈ ਸ਼ੋਟ ਇਹਦੇ ਵਿੱਚ 5 ਡੰਡੇ ਆ ਮਲਟੀ ਕਲਰ ਆ ਠੀਕ ਆ ਜਿਹੜੇ ਆਹ ਪਏ ਆ ਇਹਦੇ ਨਾਲ ਦੇ ਹੀ 5 ਡੱਬੇ ਆ 4 ਡੱਬੇ ਇਹ ਹੋ ਗਏ ਤੇ 2 ਡੱਬੇ ਆ ਹੋ ਗਏ ਮਤਲਬ ਇਹ ਸਾਰੇ ਆਹ ਛੋਟੇ ਛੋਟਾਂ 'ਚ ਆ ਗਏ ਪਰ 1 ਨੰਬਰ ਮਾਲ ਆ ਇਹ ਕੋਈ ਇਹਦੀ ਕੰਪਲੇਂਟ ਨਹੀਂ ਯਾਰ ਗਾਡਰ ਕੰਮ ਆਊਗਾ ਇਹਦੇ ਨਾਲ ਯਾਰ ਇਹ ਵਾਲਾ ਤਾਂ ਰਹਿ ਗਏ ਦਿਖਾਣੇ ਦੇ 12 ਸ਼ੋਟ ਠੀਕ ਆ 12 ਸ਼ੋਟ ਕਿਹੜੀ ਕੰਪਨੀ ਦਾ ਸਨਸ਼ਾਈਨ ਦਾ ਇਹ ਮਲਟੀ ਕਲਰ ਆ ਇਹ ਕਰੈਕਲਿੰਗ ਦੇ ਨਾਲ ਚੱਲੂਗਾ ਚਿੜਚਿੜ ਕਰਦਾ ਜਾਊਂਗਾ ਉੱਪਰ ਇੱਕ ਪਟਾਕਾ ਵਧੀਆ ਚੀਜ਼ ਆਟਮ ਇਹ ਚਲਾ ਕੇ ਇਹ ਖੁਦ ਚਲਾਉਣੀ ਆ ਉੱਪਰ ਵਾਲਾ ਡੱਬਾ ਲੋ ਵੀ ਗਾਇਜ਼ ਦੂਜਾ ਡੱਬਾ ਵੀ ਆਪਾਂ ਨੇ ਖੋਲ ਲਿਆ ਇੱਧਰ ਸ਼ੋਟ ਪਿਆ ਦਿਖਾਉਂਦੇ ਆ ਕਿਆ ਇਹ ਉਹ ਤਾਂ ਪਹਿਲਾਂ ਇਹਦੇ ਵਿੱਚ ਨਿਕਲਿਆ ਚੱਕਰੀਆਂ ਰਹਿ ਗਈ ਸੀ 10,000 ਡੱਬੇ ਨਿਕਲੇ ਆ ਛੋਟੇ ਅਤੇ ਵੱਡੇ ਬਸ ਉਹਦੇ ਬਾਅਦ 3 ਡੱਬੇ ਮਿਲੇ ਤੇ ਯਾਰ ਬਸ ਮੈਨੂੰ ਸਨਸ਼ਾਈਨ ਦੇ ਉਹ ਜਿਹੜੀਆਂ ਹੁੰਦੀਆਂ ਨੇ ਪੈਨਸਲਾਂ ਹੁੰਦੀਆਂ ਫੜ ਕੇ ਇੱਦਾਂ ਨਾਲ ਜਿਹਾ ਚੱਲਦਾ ਹੱਥ 'ਚ ਫੜਕਿਆ ਦੇਖੋ ਇੱਦਾਂ ਚੱਲਦਾ ਇਹ 3 ਡੱਬੇ ਮਿਲੇ ਤੇ ਬਸ ਮੈਂ ਓਰੀਜਨਲ ਕੰਪਨੀ ਦੇ ਲਿਖਿਆ ਡੁਪਲੀਕੇਟ ਨਹੀਂ ਲਿਖਿਆ ਆ ਹੋਰ ਇੱਧਰ ਵਾਲੇ ਤਾਂ ਆਪਾਂ ਦਿਖਾ ਦੇ ਤੁਹਾਨੂੰ ਅਤੇ ਹੁਣ ਆਪਾਂ ਗੱਲ ਕਰਦੇ ਹਾਂ ਭਾਈ ਸ਼ੋਟ 'ਤੇ ਇੱਧਰ ਪੌਪ ਆ ਪੌਪ ਛੋਟੇ ਛੋਟੇ ਪਟਾਕੇ ਫੁੱਲਣੇ ਵਾਲੇ ਦੇਖੋ ਇਹ ਵੀ ਸਨਸ਼ਾਈਨ ਦਾ ਸਨਸ਼ਾਈਨ 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 ਆਹ ਵੱਡਾ ਸਨਸ਼ਾਈਨ ਹੁਣ ਗੱਲ ਦੇਖੋ ਸਾਰਾ ਮਾਲ ਸਨਸ਼ਾਈਨ ਦਾ ਸਨਸ਼ਾਈਨ ਇੱਕ ਇੱਦਾਂ ਦੀ ਕੰਪਨੀ ਆ ਜਿਹਦੇ ਵਿੱਚ ਕੁਆਲਿਟੀ ਨੂੰ ਕੋਈ ਕੰਪਰੋਮਾਈਜ਼ ਨਹੀਂ ਕਰਿਆ ਜਾਂਦਾ ਕੁਆਲਿਟੀ ਉੱਪਰ ਰੱਖੀ ਜਾਂਦੀ ਆ ਸਾਰੇ ਪਟਾਕਿਆਂ 'ਚ ਸਾਰੀ ਕੰਪਨੀ ਨਾਲੋਂ ਸਭ ਤੋਂ ਉੱਪਰ ਕਿਹੜੀ ਕੰਪਨੀ ਆ ਸਨਸ਼ਾਈਨ ਸਨਸ਼ਾਈਨ ਨੂੰ ਪ੍ਰਮੋਸ਼ਨ ਨਹੀਂ ਕਰ ਰਿਹਾ ਮੈਂ ਪਰ ਆਪਾਂ ਲਈ ਬਾਈ ਬਹੁਤ ਵਧੀਆ ਚੀਜ਼ ਮਿਲਦੀ ਆ ਇਹ ਸਨਸ਼ਾਈਨ ਦੇ ਵਿੱਚ ਹੁਣ ਦੇਖੋ ਇਹ ਹੈਗਾ 15 ਸ਼ੋਟ ਇਹ ਵਾਲਾ ਪਰ ਜੇ ਇਹ ਚੱਲੂਗਾ ਨਾ ਪੂਰੀ ਗੱਲ ਬਣਾਊਂਗਾ ਬਜਟ 'ਚ ਹੈ ਗੱਲ ਬਣਾਊਂਗਾ ਪੂਰੀ ਉਹ ਵੀ ਇਹਦੇ ਨਾਲ ਦੇ 3
ਸਿਰਫ ਇਹੀ ਲੈ ਕੇ ਆਇਆ ਮੈਂ, ਹੋਰ ਨਹੀਂ ਲੈ ਕੇ ਆਇਆ। ਠੀਕ ਆ, ਉਹਦੇ ਬਾਅਦ ਆਪਣੇ ਆ ਗਿਆ 30 ਸ਼ਾਟ। 30 ਸ਼ਾਟ ਇੱਕ ਨੰਬਰ ਕੁਆਲਿਟੀ ਦੇ ਵਿੱਚ ਆ, ਇਹ ਮਹਿੰਗਾ ਥੋੜ੍ਹਾ ਕੁ ਪਰ ਇੰਨਾ ਵਧੀਆ ਚੱਲੂਗਾ ਨਾ। ਮਲਟੀ ਕਲਰ ਦੇਖੋ, ਸਾਰੇ ਮਲਟੀ ਕਲਰ ਉੱਪਰ। ਠੀਕ ਆ ਜੀ, ਹੁਣ ਮੇਨ ਐਟਮ ਭਾਈ ਸਾਹਿਬ ਯਾਰ ਆਹ ਲਿਖਿਆ ਤਾਂ ਮੈਂ ਡੂਮ ਧਮਾਕਾ, ਦੋ ਪਟਾਕੇ ਆ 4 ਇੰਚੀ ਛਿੱਲ ਦੇ ਨਾਲ, ਸੁਪਰੀਮ ਕੰਪਨੀ ਦੇ ਦੋ ਆ ਇਹਦੇ ਵਿੱਚ। ਇਹ ਮੈਂ ਖੋਲ ਕੇ ਦਿਖਾਊਂਗਾ ਤੁਹਾਨੂੰ, ਐਂ ਨਹੀਂ ਦਿਖਾਉਣਾ, ਇਹਨੂੰ ਰੱਖ ਦਿਆਂ ਕਦੇ। ਲੈ ਵੀ ਖੁੱਲ ਜਾ ਸੈਮਸੰਗ ਭਾਈ ਸਾਹਿਬ। ਓ ਭਾਈ ਕਿਆ ਬਣਿਆ ਹੈ, ਕਰੈਕਲਿੰਗ ਸਾਊਂਡ ਵਾਲਾ ਇਹ। 4 ਇੰਚੀ ਛਿੱਲ ਆ ਬਾਈ ਉੱਪਰ ਇਹ। ਠੀਕ ਹੈ, ਨੋਰਮਲ ਨਾਲ ਮੈਂ ਤੁਹਾਨੂੰ ਸਾਈਜ਼ ਕੰਪੈਰੀਜ਼ਨ ਕਰਕੇ ਦਿਖਾਉਂਦਾ ਵੀ ਜਿਹੜੇ ਨੋਰਮਲ ਹੁੰਦੇ ਆ ਸ਼ਾਰਟ ਕਿੱਦਾਂ ਦੇ ਆ। ਆਹ ਹੈਗਾ ਮਰਕਰੀ ਦਾ ਸ਼ਾਰਟ, ਠੀਕ ਹੈ, ਇਹ ਕਰੈਕਲਿੰਗ ਸਾਊਂਡ ਵਾਲਾ ਹੈ ਪਰ ਇਹ ਵੀ ਟੋਪ ਕਲਾਸ ਕੁਆਲਿਟੀ ਦੇ ਵਿੱਚ ਆ। ਅਤੇ ਬਾਈ ਸਾਹਿਬ ਕੰਪੈਰੀਜ਼ਨ ਚੈੱਕ ਕਰੋ ਬਾਈ ਸਾਹਿਬ, ਲੈ ਇੰਚੀ ਦਾ ਇਹ ਹੈਗਾ 1.5 ਇੰਚੀ ਅਤੇ ਇਹ ਕਿੰਨਾ 4 ਇੰਚੀ ਬਾਈ ਸਾਹਿਬ, ਕਿੰਨਾ ਫਰਕ ਆ ਯਾਰ। 3.5 ਇੰਚ ਹੋਣਾ ਮੇਰੇ ਖਿਆਲ 'ਚ ਇਹ, ਪਰ ਬਾਈ ਜਾ ਚੱਲਣਾ ਇਹ, ਗੱਲ ਬਣਾਉਂਗੀ ਪੂਰਾ ਪਿੰਡ ਹਿੱਲੂਗਾ ਵੀ ਕਿਆ ਚੀਜ਼ ਆ ਯਾਰ। ਦੇਖੋ ਇਹੋ ਜਿਹਾ ਬਣਨਾ ਉੱਪਰ, ਕੁਛ ਕੁੜੀ ਨਹੀਂ ਬਣਨੀ ਇਹੋ ਜਿਹਾ ਖਿੜਨਾ, ਮਤਲਬ ਪਟਾਕਾ ਬਾਈ। ਇਹਨੂੰ ਆਪਾਂ ਚਲਾਉਣਾ ਹੈ, ਦੋਨੇ ਆਪਾਂ ਆਪਣੇ ਵਾਸਤੇ ਲਿਖੇ ਆ, ਇਹ ਸੇਲ ਵਾਸਤੇ ਨਹੀਂ ਹੈਗੇ। ਠੀਕ ਹੈ ਜੀ, ਇਹਦਾ ਮਹਿੰਗਾ ਸੌਦਾ ਇਹ ਥੋੜ੍ਹਾ ਕੁ, ਠੀਕ ਹੈ, ਪਰ ਹੈਗਾ ਓਰਿਜਨਲ ਸੁਪਰੀਮ ਕੰਪਨੀ ਦਾ ਸਭ ਤੋਂ ਵਧੀਆ ਕੁਆਲਿਟੀ ਦੇ ਵਿੱਚ। ਇਹ ਮੈਂ ਚਲਾਉਂਦਾ ਹੁੰਦਾ, ਹਰੇਕ ਸਾਲ ਚਲਾਉਂਦੇ ਹੁੰਦੇ ਆ, ਪਰ ਜਦ ਚੱਲਣਾ ਪਤਾ ਲੱਗੂਗਾ ਵੀ ਕੁਛ ਚੱਲਿਆ। ਗਾਇਸ ਇਹਦੇ ਵਿੱਚ ਹੈਗੀ ਛਤਰੀਆਂ ਸਿਰਫ 25 ਰੁਪਏ ਦੇ ਰੇਟ ਵਿੱਚ, 25 ਰੁਪਏ ਚੱਕੋ। ਇਹ ਲਿਖੇ ਆਏ ਹੋਏ ਆਪਾਂ, ਇਹਦੇ ਵੀ ਘੱਟ ਦੇਵਾਂਗੇ ਵੈਸੇ ਤਾਂ ਰੇਟ, ਤੁਹਾਨੂੰ ਵੈਸੇ ਦੱਸਿਆ ਇਹਦੇ ਵਿੱਚ ਘੱਟ ਰੇਟ ਦੇਣਾ ਇਹ। ਠੀਕ ਹੈ, ਸੋ ਬਾਈ ਇੱਕ ਨੰਬਰ ਮਾਲ, ਸਾਰਾ ਓਰਿਜਨਲ, ਸਾਰਾ ਕੁਆਲਿਟੀ 'ਚ ਵਧੀਆ। ਥੱਲੇ ਦੇਖੋ ਭਾਈ ਸਾਹਿਬ, ਮੈਂ ਤਾਂ ਇਹਦੇ ਵਾਸਤੇ ਵੇਟ ਕਰ ਰਿਹਾ, ਪਤਾ ਨਹੀਂ ਮੈਨੂੰ ਕਦ ਚਲਾਉਣ ਨੂੰ ਮਿਲੂੰਗਾ। ਆਹ ਦੇਖੋ ਯਾਰ, ਆਹ ਤਾਂ ਦੇਖਿਆ ਨਹੀਂ, ਪਿੱਛੋਂ ਨਹੀਂ ਦੇਖਿਆ, ਇਹੋ ਜਿਹਾ ਬਣਨਾ, ਤਸੱਲੀ ਰਹੂੰਗਾ, ਮੈਨੂੰ ਬਹੁਤ ਉਮੀਦ ਹੈ ਇਹਦੇ ਛੋਟੇ 'ਤੇ। ਆਹਲਾ ਡੱਬਾ ਜਿਹੜਾ ਆਹ ਕਰੈਕਲਿੰਗ ਸਾਊਂਡ ਵਾਲਾ, ਇੱਕ ਇਹਦੇ ਵਿੱਚ ਹੋਰ ਆ ਆਹਲਾ, ਇਹ ਵੀ ਕਰੈਕਲਿੰਗ ਆ। ਦੋਨੇ ਚੀਜ਼ਾਂ ਅਲੱਗ ਅਲੱਗ ਆ, ਪਰ ਕਰੈਕਲਿੰਗ ਮਰਕਰੀ ਦਾ ਬਾਈ ਸਾਹਿਬ, ਮਰਕਰੀ ਕੰਪਨੀ, ਠੀਕ ਆ, ਸਨਸ਼ਾਈਨ ਹੋਈ, ਠੀਕ ਹੈ, ਰਿਮਦ ਹੋਈ, ਰਿਮਦ। ਹੁਣ ਮੈਂ ਤੁਹਾਨੂੰ ਕੁਛ ਚੀਜ਼ ਦੱਸਦਾ ਗੱਲ, ਸਨਸ਼ਾਈਨ ਸਭ ਤੋਂ ਉੱਪਰ 1 ਨੰਬਰ, ਦੂਸਰੇ ਨੰਬਰ 'ਤੇ ਮਰਕਰੀ, ਤੀਸਰੇ 'ਤੇ ਆ ਗਈ ਆਪਣੀ ਰਿਮਦ। ਹੁਣ ਇੱਕ ਗੱਲ ਹੋਰ ਆ, ਸੁਪਰੀਮ, ਸੁਪਰੀਮ ਕਿਹੜੇ ਨੰਬਰ 'ਤੇ ਆਉਂਦੀ ਹੈ, ਇਹ ਵੀ ਪਹਿਲੇ ਨੰਬਰ 'ਤੇ ਆਉਂਦੀ ਹੈ ਬਾਈ ਜੀ, ਸਨਸ਼ਾਈਨ ਦੇ ਬਰਾਬਰ ਮੁਕਾਬਲਾ ਕਰਦੀ ਆ, ਸਨਸ਼ਾਈਨ ਦੇ ਬਰਾਬਰ ਕੁਆਲਿਟੀ ਵਾਈਜ਼ ਸਾਰੇ ਓਕੇ ਹੁੰਦੇ ਆ ਇਹ। ਠੀਕ ਹੈ ਜੀ, ਇੱਕ ਹੁਣ ਆਹ ਕ੍ਰਿਸ਼ਨਾ, ਇਹ ਕ੍ਰਿਸ਼ਨਾ ਦੇ ਵਿੱਚ ਇਹ ਮਿਲਦਾ ਹੁੰਦਾ, ਦੇਖੋ ਲਿਖਿਆ ਨਾ ਕ੍ਰਿਸ਼ਨਾ ਕੰਪਨੀ 2 ਸਾਊਂਡ। ਇਹ ਕਿਹਾ ਛੋਟਾ ਸ਼ਾਰਟ ਆ ਇਹ, ਤਕਰੀਬਨ 50-60 ਰੁਪਏ ਦਾ ਪੀਸ ਹੋਣਾ ਹੈ, ਇਹ 5 ਹੁੰਦੇ ਇਹਦੇ 'ਚ। ਸੋ ਦੇਖੋ 5 ਸ਼ਾਰਟ ਮਿਲ ਜਾਣ ਤੁਹਾਨੂੰ 50-60 ਰੁਪਏ 'ਚ, 10 ਰੁਪਏ ਦਾ ਇੱਕ ਕਹਿਣ ਦਾ ਮਤਲਬ ਕਿੰਨਾ ਵਧੀਆ ਹੁੰਦਾ ਯਾਰ, ਹੈ ਨਾ। ਸੋ ਬਾਈ ਬਹੁਤ ਘੱਟ ਰੇਟ 'ਤੇ ਆਪਣੇ ਕੋਲ ਪਟਾਕੇ ਆ, ਬੀਡੀ ਬੰਬ ਬਾਈ ਸਾਹਿਬ ਕਿਆ ਰੇਟ ਆ ਦੱਸੋ, 15 ਰੁਪਏ ਪੀਸ, 15 ਰੁਪਏ ਪੀਸ ਚੱਕੋ, ਜਿੰਨੇ ਮਰਜ਼ੀ ਚੱਕੋ, ਢੇਰ ਲੱਗਿਆ ਹੋਇਆ ਆਪਣੇ ਕੋਲ। ਇਹਦੇ ਨਾਲ ਤਾਂ ਹੋਰ ਪਏ ਆ ਦੁਕਾਨ ਦੇ ਵਿੱਚ ਹਲੇ, ਇਹ ਮੈਂ ਕੱਲ੍ਹ ਨਵੇਂ ਲਿਖਿਆ ਤਾ, ਪਰ ਮੇਰੇ ਕੋਲ ਹੋਰ ਵੀ ਪਏ ਆ। ਗਾਇਜ਼ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਮੈਂ ਨਹਾਇਆ ਵੀ ਨਹੀਂ ਹਲੇ, ਮੈਂ ਸਿੱਧਾ ਫਟਾਫਟ ਰੋਟੀ ਖਾਧੀ ਉੱਠ ਕੇ ਆਇਆ, ਫਟਾਫਟ ਆਉਂਦੀ ਸਾਰ ਅਨਬੋਕਸਿੰਗ ਕਰਤੀ ਇਹ ਪਟਾਕਿਆਂ ਦੀ, ਪਟਾਕਿਆਂ ਦੀ ਅਨਬੋਕਸਿੰਗ ਕਰਕੇ ਫਟਾਫਟ ਮੈਂ ਸੋਚਦਾ ਵੀ ਤੁਹਾਨੂੰ ਦਿਖਾਇਆ ਜਾਵੇ, ਇਹਨੂੰ ਵੀਡੀਓ ਨੂੰ ਅਪਲੋਡ ਕਰਿਆ ਜਾਵੇ, ਅਤੇ ਆਪਾਂ ਇਕੱਲੇ ਇਕੱਲੇ ਪਟਾਕਿਆਂ ਦੀ ਵਾਈ ਵੀਡੀਓ ਬਣਾ ਕੇ ਪਾਉਂਗੇ, ਇਕੱਲੇ ਇਕੱਲੇ ਟੈਸਟਿੰਗ ਕਰਾਂਗੇ, ਦੇਖਾਂ ਜੀ ਕਿਆ ਗੱਲਬਾਤ ਆ। ਤੁਹਾਨੂੰ ਕੰਪਨੀ ਟੂ ਕੰਪਨੀ ਫਰਕ ਦਿਖਾਊਂਗਾ ਵੀ ਕਿਆ ਗੱਲਬਾਤ ਆ, ਇੱਕ ਮੈਂ ਡੁਪਲੀਕੇਟ ਕੰਪਨੀਆਂ ਵੀ ਲੈ ਕੇ ਆਊਂਗਾ, 2-3 ਚੀਜ਼ਾਂ ਵੀ ਆਪ ਚਲਾ ਕੇ ਦੇਖੀਏ, ਤੁਹਾਨੂੰ ਕੰਪੈਰੀਜ਼ਨ ਕਰਕੇ ਦਿਖਾ ਸਕੀਏ ਵੀ ਕਿੰਨੀ ਕੁ ਆਵਾਜ਼ ਆ,
ਠੀਕ ਹੈ। ਹੁਣ ਉਹਦੇ ਬਾਅਦ ਇੱਕ ਇਹ ਵੀ ਵੇਟ ਕਰ ਰਿਹਾ ਪਰ ਸੁਪਰੀਮ ਦੀ ਭਾਈ ਸਾਹਿਬ ਇਹਨੂੰ ਚਲਾ ਕੇ ਦੇਖਾਂਗੇ ਯਾਰ, ਪੂਰਾ ਗੱਲ ਬਣੂਗੀ ਯਾਰ। ਤੇ ਅੱਜ ਦੇ ਵਲੌਗ ਦੇ ਵਿੱਚ ਬਸ ਇੰਨਾ ਕੁਛ, ਫਿਰ ਮਿਲਦੇ ਆ ਹੋਰ ਵਲੌਗ ਦੇ ਵਿੱਚ ਨਵੀਂ ਗੱਲਬਾਤ ਨਾਲ। ਰੱਬ ਰਾਖਾ, ਗਾਇਸ ਪਟਾਕੇ ਆ ਗਏ।